ਇੰਨੀ ਦੂਰੀ ਐਕਟਿਵ ਪੋਲੀਟਿਕਸ ਤੋਂ ਕਿਉਂ ਬਣਾਈ ਹੈ? ਤੁਹਾਡੇ ਸਮਰਥਕ ਜਿਹੜੇ ਨੇ ਉਹ ਵੀ ਸ਼ਾਇਦ ਸੁਣਨਾ ਚਾਹੁੰਦੇ ਹੋਣਗੇ ਇਸ ਦਾ ਜਵਾਬ। ਨਹੀਂ, ਫੇਜ਼ ਹੁੰਦਾ ਲਾਈਫ ਦੇ ਵਿੱਚ, ਅਲੱਗ ਅਲੱਗ ਫੇਜ਼ ਆਉਂਦੇ ਰਹਿੰਦੇ ਨੇ। ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% to 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਤੇ ਜੀ, ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਸਾਰਾ ਇਸ਼ਾਰਿਆ ਇਸ਼ਾਰਿਆਂ 'ਚ ਗੱਲ ਕਰ ਰਹੇ, ਤੁਸੀਂ ਕੁਛ ਡਾਇਰੈਕਟ ਨਹੀਂ ਕਹਿ ਰਹੇ। ਜਦੋਂ ਵੀ ਤੁਸੀਂ ਫੇਸਬੁੱਕ 'ਤੇ ਸਟੇਟਸ ਪਾਉਂਦੇ ਹੋ ਤੁਹਾਡੇ ਉਸ ਇਸ਼ਾਰੇ ਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਨਹੀਂ, ਅੱਛਾ ਕਿਤੇ ਪਾਰਟੀ ਤਾਂ ਨਹੀਂ ਬਦਲ ਰਿਹਾ, ਅੱਛਾ ਇਹ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਜਾਂ ਨਹੀਂ ਹੈ? ਕੋਈ ਅਜਿਹੀ ਗੱਲ ਨਹੀਂ ਹੈਗੀ, ਇਹ ਵੈਸੇ ਹੀ ਸਰਕਮਸਟੈਂਸਸ ਇਹੋ ਜਿਹੇ ਬਣ ਜਾਂਦੇ ਨੇ। ਕੀ ਪਾਇਆ ਜਦੋਂ ਤੁਸੀਂ ਦੁੱਖ ਸਾਹਰ ਕੀਤਾ? ਅੱਜ ਆਪਾਂ ਉਹ ਚੀਜ਼ ਨਾ ਛੇੜੀਏ। ਅਸੀਂ ਇਹ ਵੀ ਸਵਾਲ ਨਾ ਪੁੱਛੇ ਕਿ ਬਰਨਾਲੇ ਤੋਂ ਟਿਕਟ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ, ਉਹ ਜਵਾਬ ਦੇਣ ਨੂੰ ਅੱਜ ਇੱਥੇ ਆਏ ਹੀ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ PU ਚੰਡੀਗੜ੍ਹ 'ਚ ਮੌਜੂਦ ਹਾਂ ਅਤੇ ਸਾਨੂੰ ਇੱਥੇ ਮਿਲੇ ਕਾਂਗਰਸ ਦੀ ਟਿਕਟ ਤੋਂ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਲੀਡਰ ਇੱਥੇ PU 'ਚ ਪਹੁੰਚੇ ਨੇ, ਕੀ ਕਰਨ ਆਏ ਨੇ ਇਹਨਾਂ ਕੋਲੇ ਪੁੱਛਦੇ ਹਾਂ। ਬਹੁਤ ਬਹੁਤ ਸਵਾਗਤ ਪੰਜਾਬ ਤੱਕ ਤੇ ਤੁਹਾਡਾ। ਬਹੁਤ ਧੰਨਵਾਦ ਤੁਹਾਡਾ ਵੀ, ਤੁਹਾਡੀ ਸਾਰੀ ਟੀਮ ਦਾ। ਅੱਜ ਅਸੀਂ ਜਿੱਥੋਂ ਸਾਡਾ ਸ਼ੁਰੂਆਤ ਹੋਈ, ਜੋ ਸਾਡਾ ਜਿੱਥੋਂ ਪਹਿਲਾ ਕਦਮ ਅਸੀਂ ਨੇ ਪੱਟਿਆ, ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ। ਸੋ ਅੱਜ ਜਿਹੜੀ ਸਾਡੀ ਮਦਰ ਔਰਗਨਾਈਜੇਸ਼ਨ ਆ, ਜਿਹਦੇ ਤੋਂ ਮੈਂ ਕਲਾਸ ਦੀ ਮੋਨੀਟਰੀ ਤੋਂ ਸ਼ੁਰੂਆਤ ਕਰੀ ਸੀਗੀ ਅਤੇ ਇੱਥੇ ਪ੍ਰੈਜ਼ੀਡੈਂਟ ਰਿਹਾ, ਅਤੇ ਉਦੋਂ ਬਾਅਦ ਹੀ ਸ਼ਾਇਦ ਮੈਨੂੰ ਲੱਗਦਾ ਵੀ ਮੈਂ ਰਿਕੋਗਨਾਈਜ਼ ਹੋ ਸਕਿਆ। ਸੋ ਅੱਜ ਉਸੇ ਸਾਡੀ ਪਾਰਟੀ ਨੂੰ, ਸਾਡੀ ਫੈਮਿਲੀ ਨੂੰ ਮੇਰੀ ਜ਼ਰੂਰਤ ਸੀ ਕਿ ਮੈਂ ਆ ਕੇ ਇਹਨਾਂ ਨੂੰ ਗਾਈਡ ਕਰਾਂ, ਅਤੇ ਅੱਜ ਕੁਛ ਨਵੀਆਂ ਜੁਆਇਨਿੰਗ ਸੀਗੀਆਂ ਸਾਡੇ ਛੋਟੇ ਭੈਣ ਭਰਾਵਾਂ ਦੀਆਂ, ਉਹਨਾਂ ਦੀ ਜੁਆਇਨਿੰਗ ਦੇ ਲਈ ਅਸੀਂ ਇੱਥੇ ਅੱਜ ਪਹੁੰਚੇ। ਸੋਪੂ ਨੂੰ ਸਪੋਰਟ ਕਰ ਰਹੇ ਹੋ, ਆਮ ਆਦਮੀ ਪਾਰਟੀ ਦੀ ਸਟੂਡੈਂਟ ਵਿੰਗ ਵੀ ਹੈ, ਕਾਂਗਰਸ ਦੀ ਸਟੂਡੈਂਟ ਵਿੰਗ ਵੀ ਹੈ, ਅਤੇ ਉਹਨਾਂ ਨੂੰ ਸਪੋਰਟ ਕਰੋਗੇ ਕਿਉਂਕਿ ਆਉਣ ਵਾਲੇ ਵਕਤ 'ਚ ਇਲੈਕਸ਼ਨ ਹੈ, ਕੀ ਕੁਛ ਤੁਸੀਂ ਡਿਸਾਈਡ ਕੀਤਾ? ਨਹੀਂ, ਐਕਚੁਲੀ ਮੈਂ ਨਾ ਇਹਨੂੰ ਥੋੜ੍ਹਾ ਜਿਹਾ ਇਹ ਚੀਜ਼ ਤੋਂ ਪਰਾਂ ਰੱਖ ਕੇ ਕਰ ਰਿਹਾ। ਲਾਸਟ ਈਅਰ ਵੀ ਮੈਂ, ਉਦੋਂ ਮੈਂ ਕਾਂਗਰਸ ਦਾ ਪਾਰਟ ਸੀ, ਸਾਡੀ ਇੱਥੇ ਛੋਟੀ ਭੈਣ ਮੇਘਾ ਸੀਗੀ ਜੋ ਇਲੈਕਸ਼ਨ ਲੜ ਰਹੀ ਸੀ, ਮੈਂ ਉਦੋਂ ਵੀ ਉਹਦੀ ਮਦਦ ਕਰੀ ਸੀ। ਇੱਥੇ ਇਹ ਸਟੂਡੈਂਟ ਜੋ, ਦੇਖੋ ਜਿਹੜੀ ਚੀਜ਼ ਅਸੀਂ ਨੇ ਹੀ ਖੁਦ ਸ਼ੁਰੂਆਤ ਕਰੀ ਹੋਵੇ, ਸੋ ਉਹਦੇ ਤੋਂ ਤੁਸੀਂ ਪਿੱਛੇ ਨਹੀਂ ਹਟ ਸਕਦੇ। ਸੋ ਮੈਂ ਆਪਦੀ ਫੈਮਿਲੀ ਨੂੰ, ਮੈਂ ਆਪਦੀ ਪਾਰਟੀ ਨੂੰ ਸਪੋਰਟ ਕਰਨਾ ਚਾਹਿਆ। ਅਤੇ ਬਿਲਕੁਲ, ਕਿਵੇਂ ਸਟੂਡੈਂਟ ਪੋਲੀਟਿਕਸ ਅਤੇ ਜਿਹੜੀ ਹੁਣ ਤੁਸੀਂ ਪੋਲੀਟਿਕਸ 'ਚੋਂ, ਇਹ ਕਿੰਨੀ ਵੱਖਰੀ ਹੈ ਕਿ ਤੁਸੀਂ ਹੁਣ ਦੁਬਾਰਾ ਤੋਂ ਇੱਕ ਸਟੂਡੈਂਟ ਪੋਲੀਟਿਕਸ 'ਚੋਂ ਹੁਣ ਵਿਚਰ ਰਹੇ ਹੋ, ਇਹਨਾਂ ਨੂੰ ਦੇਖ ਰਹੇ ਹੋ, ਇਹਨਾਂ ਨੂੰ ਸਮਰਥਨ ਕਰ ਰਹੇ ਹੋ, ਪਰ ਜਿਸ ਪੋਲੀਟਿਕਸ ਦਾ ਹਿੱਸਾ ਤੁਸੀਂ ਹੋ ਉਹ ਕਿੰਨੀ ਅਲੱਗ ਹੈ? ਨਹੀਂ, ਬਹੁਤ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ। ਇੱਥੇ
ਤੁਸੀਂ ਡਿਪਾਰਟਮੈਂਟ ਦੇ ਸਾਰੇ ਉਹ ਸਟੂਡੈਂਟਸ ਨੇ ਜੋ ਪੜ੍ਹੇ ਲਿਖੇ ਨੇ, ਅਲੱਗ ਅਲੱਗ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਨੇ, ਇਹਨਾਂ ਦੇ ਅਲੱਗ ਮੁੱਦੇ ਨੇ। ਜੇ ਤੁਸੀਂ ਮੇਨ ਸਟ੍ਰੀਮ ਪੋਲੀਟਿਕਸ ਦੀ ਗੱਲ ਕਰੋਗੇ ਤਾਂ ਉੱਥੇ ਮੁੱਦੇ ਟੋਟਲੀ ਵੱਖ ਹੁੰਦੇ ਨੇ, ਉੱਥੇ ਡਿਵੈਲਪਮੈਂਟ ਦੇ ਪੱਖ ਹੁੰਦੇ ਨੇ, ਇੱਥੇ ਹੱਕਾਂ ਦੀ ਲੜਾਈ ਹੁੰਦੀ ਹੈ। ਸੋ ਮੈਨੂੰ ਲੱਗਦਾ ਕਿ ਇੱਥੇ ਤਾਂ ਜਿਹੜਾ ਮੇਨ ਸਟ੍ਰੀਮ ਪੋਲੀਟਿਕਸ ਆ ਇਹਦਾ ਫਰਕ ਆ ਕਾਫੀ ਆਪਸ ਚੈਲੰਜਸ ਦੋਨਾਂ ਦੇ ਕੁਝ ਕਾਮਨ ਨੇ, ਸਟੂਡੈਂਟ ਪੋਲੀਟਿਕਸ ਦੇ ਮੇਨ ਸਟ੍ਰੀਮ ਪੋਲੀਟਿਕਸ ਦੇ। ਨਹੀਂ ਦੇਖੋ, ਇੱਥੇ ਤੁਸੀਂ ਦੇਖੋ ਉਹਦੇ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਕਾਮਨ ਤਾਂ ਹੁੰਦੀਆਂ ਹੀ ਨੇ। ਦੇਖੋ ਪੋਲੀਟਿਕਸ, ਚਾਹੇ ਉਹ ਸਰਪੰਚੀ ਦੀ ਇਲੈਕਸ਼ਨ ਆ, ਚਾਹੇ ਬਲਾਕ ਸਮਿਤੀ ਦੀ ਆ, ਚਾਹੇ ਐੱਮ ਐੱਲ ਏ ਆ, ਚਾਹੇ ਐੱਮ ਪੀ ਆ, ਉਹਨਾਂ ਨੇ ਡਿਵੈਲਪਮੈਂਟ ਦਾ ਪਿੰਡ ਦੀ ਵੀ ਕਰਨੀ ਆ, ਚਾਹੇ ਉਹ ਐੱਮ ਪੀ ਹੋਵੇ ਅਤੇ ਚਾਹੇ ਉਹ ਸਰਪੰਚ ਹੋਵੇ। ਮੈਂ ਕਦੇ ਵੀ ਇਹ ਦੋਨੇ ਜਿਹੜੀਆਂ ਮੈਂ ਇੱਥੇ ਮੈਂ ਸਟੂਡੈਂਟ ਹੀ ਹਾਂ ਯੂਨੀਵਰਸਿਟੀ, ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਹੁਣ ਮੈਂ ਲੀਡਰ ਹਾਂ, ਮੈਂ ਬਾਹਰ ਯਾਨੀ ਕਿ ਉੱਥੇ ਤਾਂ ਉਰੇ ਤਾਂ ਮੈਂ ਸਿਰਫ ਅੱਜ ਆਪਣੀ ਪਾਰਟੀ ਨੂੰ, ਆਪਣੀ ਫੈਮਿਲੀ ਨੂੰ ਸਪੋਰਟ ਕਰਨ ਆਇਆ। ਅਤੇ ਇਹ ਜ਼ਰੂਰ ਕਹੂੰਗਾ ਕਿ ਇਹ ਯੂਨੀਵਰਸਿਟੀ ਦੀ ਹਵਾ, ਇਸ ਯੂਨੀਵਰਸਿਟੀ ਦੀ ਮਿੱਟੀ, ਜਿਹੜਾ ਆਸ ਅਤੇ ਉਮੀਦ ਲੈ ਕੇ ਨੌਜਵਾਨ ਇਸ ਯੂਨੀਵਰਸਿਟੀ 'ਚ ਪੈਰ ਰੱਖਦਾ, ਜੋ ਮਿਹਨਤ ਕਰੂਗਾ, ਤਾਂ ਕੋਈ ਵੀ ਤਾਕਤ ਅਜਿਹੀ ਨਹੀਂ ਕਿ ਉਹਨੂੰ ਉਹਦੇ ਗੋਲ ਅਚੀਵ ਕਰਨ ਤੋਂ ਰੋਕ ਸਕਦੀ ਆ। ਮੈਂ ਤਾਂ ਇਹੀ ਦੇਖਿਆ, ਸਾਡੇ ਸਾਹਮਣੇ ਐਗਜ਼ਾਮਪਲਾਂ ਬਹੁਤ ਨੇ। ਉਦੋਂ ਬਾਈ ਸਤਿੰਦਰ ਸਰਤਾਜ ਅਤੇ ਅਸੀਂ ਸਾਰੇ ਇੱਥੇ ਹੁੰਦੇ ਸੀ, ਬਾਈ ਬੱਬੂ ਮਾਨ ਇੱਥੋਂ ਪੜ੍ਹੇ ਨੇ, ਕਿੰਨੇ ਹੀ ਸਾਡੇ ਆਈ ਐੱਸ ਪੀ ਸੀ ਐੱਸ ਆਫਿਸਰ ਨੇ, ਕਿੰਨੇ ਹੀ ਸਾਡੇ ਆ ਹੁਣ ਜਿਹੜੇ ਨਵੇਂ ਦੋਵੇਂ ਓਲੰਪੀਅਨ ਨੇ ਸਾਡੇ ਮਨੂ ਭਾਕਰ ਹੋਰੀ, ਉਹ ਇਸ ਯੂਨੀਵਰਸਿਟੀ ਦਾ ਹਿੱਸਾ ਨੇ। ਸੋ ਇਹ ਯੂਨੀਵਰਸਿਟੀ ਨੇ ਤਾਂ ਹਮੇਸ਼ਾ ਦਿੱਤਾ ਹੀ ਆ, ਕੋਈ ਯਾਨੀ ਕਿ ਸ਼ਰਧਾ ਨਾਲ ਮੰਗੇ ਸਹੀ ਸਾਡਾ ਸਾਰੇ ਧਾਰਮਿਕ ਸਥਾਨਾਂ ਤੋਂ ਵੀ। ਮੈਨੂੰ ਲੱਗਦਾ ਵੀ ਸਟੂਡੈਂਟ ਲਈ ਤਾਂ ਸਭ ਤੋਂ ਵੱਡੀ ਚੀਜ਼ ਪੰਜਾਬ ਵੀ ਉਹਦੀ ਕਾਲਜ ਆ, ਉਹਦੀ ਯੂਨੀਵਰਸਿਟੀ ਹੁੰਦੀ ਆ। ਆਉਣ ਵਾਲੇ ਦਿਨਾਂ 'ਚ ਵੀ ਇਸ ਤਰ੍ਹਾਂ ਪ੍ਰਚਾਰ ਕਰਦੇ, ਇਸ ਤਰ੍ਹਾਂ ਮਿਲਦੇ ਤੁਸੀਂ ਰਹੋਗੇ? ਮੈਂ ਉਸ ਤਰੀਕੇ ਨਾਲ ਨਹੀਂ, ਮੈਂ ਕੋਈ ਅੱਜ ਹਾਂ ਬੈਕ ਉਹਦੇ ਤੋਂ, ਕਿਉਂਕਿ ਅਸੀਂ ਐਂਟਰੀ ਨਹੀਂ ਕਰ ਸਕਦੇ ਹੁੰਦੇ ਇਲੈਕਸ਼ਨ ਦੇ ਵਿੱਚ, ਤਾਂ ਮੈਂ ਬਾਹਰ ਬੈਠ ਕੇ ਇਹਨਾਂ ਨੂੰ ਗਾਈਡ ਕਰ ਸਕਦਾ ਕਿ ਤੁਸੀਂ ਇਸ ਤਰੀਕੇ ਨਾਲ ਕੰਮ ਕਰੋ। ਜੇ ਇਹਨਾਂ ਨੂੰ ਮੇਰੀ ਜ਼ਰੂਰਤ ਲੱਗੀ, ਜਿੱਥੇ ਮੈਨੂੰ ਬੁਲਾਉਣਗੇ ਮੈਂ ਹਾਜ਼ਰ ਹਾਂ। ਆਖਰੀ ਸਵਾਲ, ਮੈਨੂੰ ਲੱਗਦਾ ਉਸ ਸਵਾਲ ਤੋਂ ਬਿਨਾਂ ਇਹ ਇੰਟਰਵਿਊ ਥੋੜ੍ਹਾ ਅਧੂਰਾ ਰਹੇਗਾ। ਤੁਸੀਂ ਇੰਨੀ ਦੂਰੀ ਐਕਟਿਵ ਪੋਲੀਟਿਕਸ ਤੋਂ ਕਿਉਂ ਬਣਾਈ ਹੈ? ਤੁਸੀਂ ਸਟੇਟਸ ਜਦੋਂ ਪਾਉਂਦੇ ਹੋ ਉਹਨਾਂ 'ਚ ਬਹੁਤ ਸਾਰੇ ਕਮੈਂਟ ਹੁੰਦੇ ਨੇ, ਤੁਸੀਂ ਉਹਨਾਂ ਕਮੈਂਟਸ 'ਤੇ ਰਿਪਲਾਈ ਵੀ ਕਰਦੇ ਹੋ, ਕਈ ਨੈਗੇਟਿਵ ਵੀ ਲਿਖਦੇ ਨੇ, ਤੁਸੀਂ ਫਿਰ ਉਸ ਨੂੰ ਪੋਜ਼ਿਟਿਵ ਤਰੀਕੇ ਨਾਲ ਰਿਪਲਾਈ ਕਰ ਦਿੰਦੇ ਹੋ, ਇੰਨੀ ਦੂਰੀ ਕਿਉਂ ਕਾਂਗਰਸ ਤੋਂ? ਲੋਕ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਪਰ ਅਸੀਂ ਤੁਹਾਨੂੰ ਵਿਚਰਦੇ ਦੇਖਿਆ ਨਹੀਂ, ਤੁਹਾਡੇ ਸਮਰਥਕ ਜਿਹੜੇ ਨੇ ਉਹ ਵੀ ਸ਼ਾਇਦ ਸੁਣਨਾ ਚਾਹੁੰਦੇ ਹੋਣਗੇ ਇਸ ਦਾ ਜਵਾਬ। ਨਹੀਂ, ਫੇਜ਼ ਹੁੰਦਾ ਲਾਈਫ ਦੇ ਵਿੱਚ, ਅਲੱਗ ਅਲੱਗ ਫੇਜ਼ ਆਉਂਦੇ ਰਹਿੰਦੇ ਨੇ। ਜਦੋਂ ਮੈਂ ਕਾਲਜ ਦੇ ਵਿੱਚ ਇੱਥੇ ਇਲੈਕਸ਼ਨ ਜਿੱਤਿਆ ਸੀ ਤਾਂ ਮੈਂ ਇਕੱਲਾ ਹੀ ਸੀ ਆਰ ਜਿੱਤਿਆ ਸੀ, ਅਸੀਂ ਸਾਰੇ ਹਾਰ ਗਏ ਸੀ ਸਾਰੀਆਂ ਪੋਸਟਾਂ। ਜਦੋਂ ਮੈਂ ਪ੍ਰੈਜ਼ੀਡੈਂਟ ਜਿੱਤਿਆ ਉਦੋਂ ਮੈਂ ਇਕੱਲਾ ਐੱਸ ਡੀ ਕਾਲਜ ਤੋਂ ਪ੍ਰੈਜ਼ੀਡੈਂਟ ਜਿੱਤਿਆ। ਜਦੋਂ ਯੂਨੀਵਰਸਿਟੀ ਆਇਆ 5 ਸਾਲ ਪਹਿਲਾਂ ਅਸੀਂ ਲਗਾਤਾਰ ਹਾਰਦੇ ਰਹੇ, ਪਹਿਲੀ ਇਲੈਕਸ਼ਨ ਮੈਂ ਵੀ 193 ਪਤਾ ਨਹੀਂ 73 ਵੋਟਾਂ 'ਤੇ ਹਾਰਿਆ ਸੀ, ਅਗਲੀ ਇਲੈਕਸ਼ਨ ਅਸੀਂ ਰਿਕਾਰਡ ਮਾਰਜਨ 'ਤੇ ਜਿੱਤੀ ਸੀ। ਸੋ ਕਈ ਜ਼ਿੰਦਗੀ 'ਚ ਫੇਜ਼ ਆਉਂਦੇ ਨੇ, ਫੇਜ਼ ਤੋਂ ਬਾਅਦ ਤੁਸੀਂ ਚੇਂਜ ਕਰਦੇ ਹੋ। ਇੱਥੋਂ ਨਿਕਲ ਕੇ ਹੀ ਯਾਨੀ ਕਿ ਮੈਂ ਐਕਟਿਵ ਪੋਲੀਟਿਕਸ ਵੱਲੋਂ ਹੋ ਗਿਆ ਸੀਗਾ, ਅਤੇ ਪਰਮਾਤਮਾ ਨੇ ਉਹਦੇ 'ਚ ਵੀ ਕੋਈ ਕਮੀ ਨਹੀਂ ਛੱਡੀ ਮਿਹਨਤ ਦੀ। ਕਈ ਜਗ੍ਹਾ 'ਤੇ ਦੇਖੋ ਯੂਨੀਵਰਸਿਟੀ 'ਚ ਪੜ੍ਹੇ ਹਾਂ ਅਤੇ ਧੱਕਾ ਨਹੀਂ ਜਰ ਸਕਦੇ, ਧੱਕੇ ਦੇ ਅਗੇਂਸਟ ਤਾਂ ਲੜੇ ਹਾਂ ਹਮੇਸ਼ਾ ਜ਼ਿੰਦਗੀ 'ਚ, ਅਤੇ ਕਮੈਂਟਾਂ ਦੀ ਗੱਲ ਉਹ ਪਰਮਾਤਮਾ ਨੇ ਸਹਿਨਸ਼ੀਲਤਾ ਦਿੱਤੀ ਹੈ ਜੀ, ਕਿਉਂਕਿ ਕਈ ਬੰਦਿਆਂ ਦੀ ਸੋਚ ਹੀ ਉਨੀ ਕੁ ਹੁੰਦੀ ਆ, ਉਹਨਾਂ ਨੂੰ ਤੁਹਾਡੇ ਬਾਰੇ ਕੁਛ ਨਹੀਂ ਪਤਾ ਹੁੰਦਾ, ਉਹਨਾਂ ਨੇ ਕੁਛ ਨਾ ਕੁਛ ਚੰਗਾ ਮਾੜਾ ਕੁਛ ਨਾ ਕੁਛ ਲਿਖਣਾ ਹੁੰਦਾ, ਅਤੇ ਮੈਨੂੰ ਐਂ ਹੁੰਦਾ ਵੀ ਮੈਂ ਡਿਲੀਟ ਨਾ ਕਰਾਂ, ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਜਵਾਬ ਦੇ ਦਈਏ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਨੂੰ ਯੂਨੀਵਰਸਿਟੀ ਹੀ ਸਿਖਾਉਂਦੀ। ਸਾਰਾ ਇਸ਼ਾਰਿਆਂ 'ਚ ਗੱਲ ਕਰ ਰਹੇ, ਤੁਸੀਂ ਕੁਛ ਡਾਇਰੈਕਟ ਨਹੀਂ ਕਹਿ ਰਹੇ, ਜਦੋਂ ਵੀ ਤੁਸੀਂ ਫੇਸਬੁੱਕ 'ਤੇ ਸਟੇਟਸ ਪਾਉਂਦੇ ਹੋ ਤੁਹਾਡੇ ਉਸ ਇਸ਼ਾਰੇ ਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਹੈ। ਨੀਚੇ ਲੋਕ ਕਮੈਂਟਸ ਵੀ ਤਰ੍ਹਾਂ ਤਰ੍ਹਾਂ ਦੇ ਕਰਦੇ ਨੇ ਕਿ ਬਈ ਅੱਛਾ ਕਿਤੇ ਪਾਰਟੀ ਤਾਂ ਨਹੀਂ ਬਦਲ ਰਹੀ, ਅੱਛਾ ਇਹ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਜਾਂ ਨਹੀਂ ਹੈ, ਇਸ ਤਰ੍ਹਾਂ ਦੇ ਸਵਾਲ ਤੁਸੀਂ ਇਹਨਾਂ ਨੂੰ ਡਾਇਰੈਕਟਲੀ, ਮਤਲਬ ਮੈਨੂੰ ਪਤਾ ਅਜੇ ਤੁਸੀਂ ਉਸ ਫੇਸ 'ਚੋਂ ਜਦੋਂ ਤੁਸੀਂ ਸ਼ਾਇਦ ਅਜੇ ਡਾਇਰੈਕਟਲੀ ਐਡਰੈਸ ਨਹੀਂ ਕਰਨਾ ਚਾਹੁੰਦੇ, ਪਰ ਸਹੀ ਸਮੇਂ ਦੇ ਇੰਤਜ਼ਾਰ ਕਰ ਰਹੇ ਹੋਵੋਗੇ, ਉਹ ਸਮਾਂ ਕਦੋਂ ਆਏਗਾ
ਤੇ ਕਦੋਂ ਇਹ ਸਾਰੇ ਸਵਾਲ ਐਡਰੈਸ ਹੋਣਗੇ? ਕੋਈ ਅਜਿਹੀ ਗੱਲ ਨਹੀਂ ਹੈਗੀ, ਇਹ ਵੈਸੇ ਹੀ ਸਰਕਮਸਟਾਂਸਿਸ ਇਹੋ ਜਿਹੇ ਬਣ ਜਾਂਦੇ ਨੇ ਤੇ ਜਦੋਂ ਅੱਗੇ ਇਲੈਕਸ਼ਨਾਂ ਆਉਣਗੀਆਂ, ਹੁਣ ਤੁਸੀਂ ਉਹਦੇ 'ਚ ਮੈਨੂੰ ਐਕਟਿਵਲੀ ਤੁਸੀਂ ਪਾਰਟਿਸਿਪੇਟ ਕਰਦਾ ਦੇਖੋਗੇ? ਆਮ ਆਦਮੀ ਪਾਰਟੀ ਦਾ ਹਿੱਸਾ ਹੋ ਤੁਸੀਂ? ਹਾਂ ਹਾਂ ਬਿਲਕੁਲ, ਕਿਉਂ ਨਹੀਂ, ਬਿਲਕੁਲ। ਕਦੋਂ ਪੋਲੀਟੀਕਲ ਸਵਾਲਾਂ ਤੇ ਛੇਤੀ ਤੁਹਾਡਾ ਇੰਟਰਵਿਊ ਕਰਾਂਗੇ ਪੂਰੇ, ਤਾਂ ਕਿ ਖੁੱਲ੍ਹ ਦਿੱਲੀ ਨਾਲ ਤੁਸੀਂ ਵੀ ਜਵਾਬ ਦੇ ਸਕੋ, ਕਿਉਂਕਿ ਅੱਜ ਅਸੀਂ PU 'ਚ ਮੌਜੂਦ ਹਾਂ ਅਤੇ ਤੁਸੀਂ ਵੀ ਆਪਣਾ ਦਾਇਰਾ ਉਹਨਾਂ ਕੋਲ ਰੱਖਿਆ ਕਿ ਹਾਂ ਇਹਨਾਂ ਸਵਾਲਾਂ 'ਤੇ ਅਸੀਂ ਲਿਮਿਟਿਡ ਰਹੀਏ। ਇਹਦਾ ਭੈਣੇ ਦੋਨੇ ਤਿੰਨੇ ਸਵਾਲ ਦਾ ਜਿਹੜਾ ਤੁਸੀਂ, ਤਾਂ ਮੈਂ ਤੁਹਾਨੂੰ ਜਵਾਬ ਦੇਤਾ ਨਹੀਂ, ਅਦਰਵਾਈਜ਼ ਮੈਂ ਬਿਲਕੁਲ ਪੋਲੀਟੀਕਲ ਗੱਲ ਨਹੀਂ ਕਰਦਾ, ਕਿਉਂਕਿ ਇੱਥੇ ਪੋਲੀਟੀਕਲ 'ਚ ਗੱਲ ਹੀ ਨਹੀਂ। ਇੱਥੇ ਤਾਂ ਮੈਂ ਉਹਦੀ ਫੈਮਿਲੀ, ਆਪਦੇ ਭੈਣਾਂ ਭਰਾਵਾਂ ਨੂੰ ਮਿਲਣਾ ਆ। ਇੱਥੇ ਤਾਂ ਮੇਰਾ ਮਕਸਦ ਹੀ ਇੰਨਾ ਕਾ ਸਿਰਫ ਵੀ ਮੈਂ ਦਿਲੋਂ ਜਾਣ ਨਾਲ ਸਾਡੀ ਸੋਪੋ ਫੈਮਿਲੀ ਨੂੰ ਦੁਬਾਰੇ ਕੌਂਸਲ ਦੇ ਉੱਤੇ ਝੰਡੇ ਬੁਲੰਦ ਕਰਦਾ ਦੇਖਣਾ ਚਾਹੁੰਦਾ, ਸਾਡਾ ਸੁਪਨਾ ਇਹ। ਅਸੀਂ ਬਹੁਤ ਸਾਰੇ ਸੀਨੀਅਰਸ ਇੱਥੇ ਆਏ ਹਾਂ, ਸੋ ਇਹੀ ਮੈਨੂੰ ਲੱਗਦਾ ਕਿ ਇਹ ਰੰਗ ਨਾਲ ਪਿਆਰ ਆ ਸਾਨੂੰ, ਇਹ 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 ਸ਼ਰਟ ਹੀ ਯੂਨੀਵਰਸਿਟੀ ਪਾਉਂਦਾ ਹੁੰਦਾ ਸੀਗਾ। ਸੋ ਜਿਤਨੇ ਮੈਂ ਪਹਿਲੇ ਦਿਨ ਇਲੈਕਸ਼ਨ ਹਾਰਿਆ ਨਾ, ਜਦੋਂ ਅਸੀਂ ਬੂਟ ਚੱਕੇ ਤਾਂ ਬੂਟ ਚੱਕ ਕੇ ਅਸੀਂ ਰੋਣ ਲੱਗ ਗਏ ਸੀ, ਕਿਉਂਕਿ ਮੂਹਰਲਾ ਅੰਗੂਠਾ ਥੱਲੋਂ ਤਲਾ ਘਸਿਆ ਹੋਇਆ ਸੀ। ਇੰਨੀ ਮਿਹਨਤ ਕਰਦਾ ਬੰਦਾ, ਕਿਸੇ ਨੂੰ ਕੁਛ ਕਹਿਣਾ ਬੜਾ ਸੌਖਾ ਕਿਸੇ ਲਈ, ਕੁਛ ਵੀ ਚੰਗਾ ਮਾੜਾ ਕਹਿਣਾ ਤੇ, ਪਰ ਤੁਸੀਂ ਪਰਮਾਤਮਾ 'ਤੇ ਯਕੀਨ ਰੱਖੋ, ਮਿਹਨਤ ਕਰੋ, ਆਪਦੇ ਮਕਸਦ ਨੂੰ ਸੱਚੇ ਮਣੋ। ਜੇ ਤੁਸੀਂ ਕਰੋਗੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਰੋਕ ਸਕੇ। ਮੈਂ ਹੁਣ ਕੋਈ ਜਿੱਤਣ ਵਾਲੇ ਪੱਖ 'ਚ ਨਹੀਂ ਰਿਹਾ, ਮੈਂ MLA ਬਣ ਵੀ ਗਿਆ, ਉਦੋਂ ਬਾਅਦ ਅਗਲੀ ਇਲੈਕਸ਼ਨ ਮੈਂ ਮੁੱਖ ਮੰਤਰੀ ਸਾਹਿਬ ਦੇ ਅਗੇਂਸਟ ਲੜੀ, ਜਿੱਥੋਂ ਲੋਕ ਭੱਜਦੇ ਹੁੰਦੇ ਨੇ, ਜਿੱਥੋਂ ਲੋਕ ਭੱਜਦੇ ਨੇ ਵੀ ਯਾਰ ਆਹ ਨਹੀਂ ਇਲੈਕਸ਼ਨ ਲੜਨੀ, ਫਿਰ MP ਇਲੈਕਸ਼ਨ ਜਿੱਥੇ ਸਾਰੇ ਭੱਜਦੇ ਸੀਗੇ ਉਹ ਇਲੈਕਸ਼ਨ ਲੜੀ। ਸਾਨੂੰ ਯੂਨੀਵਰਸਿਟੀ ਇਹੀ ਸਿਖਾਉਂਦੀ ਆ, ਮੁਸ਼ਕਲਾਤਾਂ ਦੇ ਵਿੱਚ ਖੜ੍ਹਨਾ, ਲੀਡਰ ਉਹੀ ਹੁੰਦਾ ਜਿਹਨੇ ਲੜਨਾ ਸਿੱਖਿਆ ਜਿਹਨੇ। ਸੋ ਮੈਂ ਰਹਿੰਦੀ ਉਮਰ ਤੱਕ ਪਰਮਾਤਮਾ ਜਿੰਨੀ ਕਿ ਤੁਹਾਨੂੰ ਕਦੇ ਵੀ ਮੈਂ ਨੈਗਟਿਵ ਪੋਲੀਟਿਕਸ ਕਰਦਾ ਦਿਖਾਈ ਨਹੀਂ ਦਊਂਗਾ, ਕਦੇ ਤੁਹਾਨੂੰ ਮਾੜਾ ਬੋਲਦਾ ਦਿਖਾਈ ਨਹੀਂ ਦਊਂਗਾ, ਨਾ ਪਹਿਲਾਂ ਕਦੇ ਬੋਲਿਆ ਨਾ ਅੱਜ ਕਦੇ। ਹਮੇਸ਼ਾ ਤੋਂ ਮੁੱਦਿਆਂ ਦੀ ਰਾਜਨੀਤੀ ਹੀ ਕਰੀ ਆ, ਮੁੱਦਿਆਂ ਦੀ ਰਾਜਨੀਤੀ ਹੀ ਕਰੂੰਗਾ। ਅੱਜ ਦੁਖੀ ਪਾਇਆ ਜਦੋਂ ਤੁਸੀਂ ਦੁੱਖ ਸਹਾਰ ਕੀਤਾ, ਅੱਜ ਆਪਾਂ ਉਹ ਚੀਜ਼ ਨਾ ਛੇੜੀਏ। ਅਸੀਂ ਇਹ ਵੀ ਸਵਾਲ ਨਾ ਪੁੱਛੇ ਕਿ ਬਰਨਾਲੇ ਤੋਂ ਟਿਕਟ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ, ਉਹ ਜਵਾਬ ਦੇਣ ਨੂੰ ਅੱਜ ਇੱਥੇ ਆਏ ਹੀ ਨਹੀਂ, ਮੈਂ ਇੱਥੇ ਸੋਪੂ ਦੀ ਸਪੋਰਟ ਕਰਨ ਆਇਆ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਦਲਵੀਰ ਸਿੰਘ ਗੋਲਡੀ, ਜਿਹੜੇ ਐਕਟਿਵ ਪੋਲੀਟਿਕਸ ਤੋਂ ਥੋੜ੍ਹੀ ਦੂਰੀ ਬਣਾ ਕੇ ਬੈਠੇ ਨੇ, ਪਰ ਹਾਂ ਇੱਥੇ ਸੋਪੂ ਨੂੰ ਸਪੋਰਟ ਕਰਨ ਲਈ ਆਏ ਪੰਜਾਬ ਯੂਨੀਵਰਸਿਟੀ 'ਚ। ਅਸੀਂ ਕੋਸ਼ਿਸ਼ ਕੀਤੀ ਕਿ ਸਿਆਸੀ ਸਵਾਲ ਇਹਨਾਂ ਨੂੰ ਪੁੱਛੇ, ਪਰ ਇਹਨਾਂ ਨੇ ਉਹਨਾਂ ਤੋਂ ਵੀ ਫਿਲਹਾਲ ਦੂਰੀ ਬਣਾਈ ਹੋਈ ਕਿ ਦੇਖਦੇ ਹਾਂ ਕਦੋਂ ਇਹ ਬੋਲਦੇ ਨੇ। ਕੈਮਰਾ ਪਰਸਨ ਗੁਰਜੀਤ ਦੇ ਨਾਲ ਮੈਂ ਅਰਸ਼ਦੀਪ ਕੌਰ, ਪੰਜਾਬ ਤੱਕ, ਚੰਡੀਗੜ੍ਹ।